हाँ जी दोस्तों, साडे चैनल VCR वाले जट नूं करो सबसक्राइब ते नाल दित्ती गई बैल आइकन नूं जरूर दबो। ओ भाई ओए लै ओए गिलास करो पानी। ले आ जी। आ ले आ यार किरा जट नूं। लो जी गिलास पानी। होर खाण नूं की लई जी? सलाद लिया दे यार। ला जी। हाँ सलाद लिया दे भाई। लो जी सलाद। माँ ठीक है। ਦੰਦਾਂ ਤੇ ਮਰੂ ਜਿਆਦੇ ਬੋਲਦੀ ਐ। ਪੈ ਜਾ ਜਾ ਕੇ ਮੈਂ ਰੋਟੀ ਖਾ ਲੈ। ਖਵਾਊਗੀ ਪਰੌਂਠੇ ਮੈਂ ਨਹੀਂ ਖਾਂਦਾ। ਸਾਨੂੰ ਕੱਖ ਪਾਣੇ ਦੇ ਲਾਇਆ, ਉੱਠ ਹੀ ਨਹੀਂ ਹੈਗਾ। ਬੂਹਾ ਮਰ ਗਿਆ, ਸਿਆਲ ਦਾ ਮਹੀਨੇ ਦਾ ਪੱਖਾ ਲਾਈ ਪਿਆ। ਇਹ ਕੱਠਿਆ ਇਹ ਕੱਠਿਆ ਲੈ, ਪਤਾ ਨਹੀਂ ਕੀ ਹੋ ਗਿਆ, ਬੁਲਾ ਕੇ ਲਿਆਉਣ ਦੇ ਕਿਸੇ ਨੂੰ। ਲੈ ਕਿਤੇ ਕਾਲੂ ਹੈ ਨਾ ਮੀਂਹ ਦੀ, ਰੱਬ ਨੇ ਬੇਵਕਤਾ ਜਿਹਾ ਪਤਾ। ਕਣਕਾਂ ਰਮਾਈਆਂ ਹੋਈਆਂ ਤੇ ਧੂਮੀ ਪਤਾ। ਇਹਦਾ ਤਾਈ ਪੱਖਾ ਚੱਲਦਾ ਸੀ, ਮੈਨੂੰ ਠੰਡ ਨਾਲ ਕੁੰਗੜ ਗਿਆ। ਸਿਆਲ ਦਾ ਮਹੀਨਾ ਤੈਨੂੰ ਪਤਾ, ਇਹਦਾ ਕੁੰਗੜ ਜਾਂਦਾ ਹਸਪਤਾਲ ਲੈ ਜਾਣਾ ਪੂਆ ਚੱਕ ਕੇ। ਇਹੀ ਗੱਲ ਆ ਤੇਰੇ ਵਾਲੀ ਮੱਦਰ। ਹਾਂ ਫਿਰ ਤਾਂ ਫਿਰ ਉਹਨੂੰ ਸਾਨੂੰ ਲੈ ਜਾਣਾ ਪੂਆ ਚੱਕ ਕੇ ਤੇ ਚੱਲ ਕੋਲ ਫੜੂਏ। ਆਪਣੇ ਪਿੰਡ ਵਾਲੇ ਆਲ ਰਾਊਂਡਰ ਡਾਕਟਰ ਦੀ ਲੈ ਜਾਓ। ਹਾਂ ਉਸੇ ਦੇ ਲੈ ਕੇ ਜਾਵਾਂਗੇ ਤਾਈ। ਲੈ ਕਾਲੂ ਜੱਗੇ ਕੇ ਲੈ ਚੱਲਦੇ, ਉੱਥੇ ਰਿਕਸ਼ੇ ਤੇ ਪਾ ਲਾਂਗੇ ਇਹਨੂੰ। ਠੀਕ ਆ ਬਾਈ, ਰਿਕਸ਼ੇ ਤੇ ਪਾ ਕੇ ਲੈ ਚੱਲਾਂਗੇ। ਠੀਕ ਆ। ਚੱਲ ਚੱਲ ਜੱਗੇ ਮੁੜ ਗਿਆ, ਹਿੰਮਤ ਨਾਲ ਚੱਲ ਬਈ। ਕਰੋ ਕਰੋ ਕਰੋ, ਬਾਈ ਆ ਗਿਆ ਨੂੰ ਪੁੱਛਦੇ ਆ। ਬਾਈ ਰੌਂਡ ਅਪ ਡਾਕਟਰ ਦੇ ਜਾਣਾ।
ਲੰਬੇ ਲੰਬੇ ਸਾਹ ਲਓ ਡਾਕਟਰ ਸਾਹਿਬ। ਡਾਕਟਰ ਸਾਹਿਬ ਮਰੀਜ਼ ਬਹੁਤ ਤੰਗ ਆ ਜੀ, ਆਓ ਦੇਖੋ ਮਾੜਾ ਜਿਹਾ ਕੀ ਹੋ ਗਿਆ ਅੰਕਲ ਜੀ। ਦੇਖੋ ਮਾੜਾ ਜਿਹਾ ਕੀ ਪਤਾ ਨੀ ਕੀ ਹੋ ਗਿਆ। ਬਹੁਤ ਸੀਰੀਅਸ ਨੇ, ਕਮਰਾ ਨੰਬਰ 12 ਚ ਚੱਲੋ। ਚੱਲ ਗਿਆ ਰੋਡ ਕੀ ਲੈ ਚੱਲੋ। ਆਓ ਜੀ ਬੈਠੋ ਜੀ। ਹੋ ਗਿਆ ਤੀਜੀ ਬਾਪੂ ਜੀ ਨੂੰ? ਸ਼ਾਮ ਨੂੰ ਜੀ ਸ਼ਰਾਬ ਨੂੰ ਡੱਕ ਗਿਆ, ਚੰਗੀ ਭਲੀ ਲੜਾਈ ਕਰੀ ਆ। ਰਾਤ ਨੂੰ ਪਿਸ਼ਾਬ ਕਰਨ ਉੱਠਿਆ ਤੀ, ਬਲਬ ਦੇ ਭੁਲੇਖੇ ਨਾਲ ਪੱਖੇ ਵਾਲਾ ਬਟਨ ਦੱਬ ਲਿਆ। ਇੰਨੀ ਸਰਦੀ ਤੀ ਜੀ? ਹੋਰ ਜੀ, ਫੇਰ ਜੀ ਹੁਣ ਵੀ ਜ਼ਿਆਦੇ ਹੋ ਗਿਆ ਨਾ। ਹਾਂ ਤੁਸੀਂ ਦੇਖੋ ਮਾੜਾ ਜਿਹਾ। ਚਲੋ ਦੇਖਦੇ ਹਾਂ ਜੀ, ਕਰਦੇ ਹਾਂ ਚੱਕ। ਚਲੋ ਜੀ ਦੇਖ। ਹਾਂਜੀ ਦਾ ਸਵੇਰੇ ਡੱਕੇ ਡਕਾਈ ਰਹਿੰਦੇ ਨੇ ਜੀ, ਸਾਰਾ ਦਿਨ ਪੀ ਜਾਂਦੇ ਨੇ ਕਦੇ ਕਦੇ ਤਾਂ ਜੀ। ਅੱਛਾ ਜੀ, ਫਿਰ ਤਾਂ ਚਮਚਾ ਵੀ ਲਾਉਂਦੇ ਹੋਣੇ? ਪੂਰੇ ਪਿਓਰ ਟੋਡੇ ਖਾਂਦੇ ਨੇ ਜੀ। ਓਹੋ, ਇਹ ਤਾਂ ਉੱਤੋਂ ਥੱਲੋਂ ਸਾਰੀ ਜਮ ਹੋ ਰਿਹਾ ਹੈ। ਇਹਦਾ ਪੇਟ ਵੀ ਬਹੁਤ ਘੱਟ ਹੈ। ਇਹ ਤਾਂ ਜਮਣ ਨੂੰ ਹੀ ਹੈ ਜੀ। ਅੱਛਾ ਜੀ, ਇੱਦਾਂ ਹੀ ਹੈ ਜਮਣ ਨੂੰ। ਇਹ ਤਾਂ ਸਾਰੀ ਸਰੀਰ ਲੱਕੜ ਬਣਿਆ ਪਿਆ ਹੈ। ਚਲੋ ਬੋਤਲ ਲਾ ਦੇਣੇ। ਠੀਕ ਹੈ ਜੀ। ਟੇਬਲ ਤੇ ਦਵਾਈ ਦਿਓ ਜੀ। ਬੋਤਲ ਲੱਗ ਗਈ ਜੀ, ਜਿਵੇਂ ਜੇ ਬੋਤਲ ਲੱਗੂਗੀ ਇਹ ਨਰਮ ਹੋ ਜਾਣਗੇ। ਠੀਕ ਹੈ ਜੀ, ਠੀਕ ਹੈ, ਨਰਮ ਹੋ ਜੀ ਸਰੀਰ। ਠੀਕ ਹੈ ਜੀ। ਗਰਦਨ ਚ ਵਗ ਜਾਂਦਾ ਜੀ, ਤੇ ਤੇਲ ਦੇ ਡਕਾਰ ਆਉਂਦੇ ਨੇ ਜੀ। ਠੀਕ ਹੈ ਜੀ। ਜਿਹੜੀ ਗਰਦਨ ਚ ਦਰਦ ਹੁੰਦਾ ਨਾ ਜੀ, ਹਾਂਜੀ, ਤੁਸੀਂ ਕੈਪਟਨ ਵਾਲਾ ਸਮਾਰਟਫੋਨ ਵਰਤਦੇ ਹੋ? ਹਾਂਜੀ। ਉਹਦਾ ਜਿਹੜਾ ਚਾਰਜਰ ਹੈ ਨਾ, ਉਹਦੀ ਤਾਰ ਛੋਟੀ, ਉਹਨੂੰ ਚੇਂਜ ਕਰ ਦਿਓ। ਠੀਕ ਹੈ। ਚਾਰਜਰ ਨੂੰ, ਇਹ ਤਾਂ ਤੁਹਾਡਾ ਇਲਾਜ ਹੋ ਜਾਊਗਾ ਗਰਦਨ ਵਾਲਾ ਜੀ। ਠੀਕ ਹੈ ਜੀ। ਤੇਲ ਦੇ ਡਕਾਰ ਕਦੋਂ ਹੁੰਦੇ ਜੀ ਇਹਨੂੰ? ਤੇਲ ਦੇ ਡਕਾਰ ਇਹ ਤਾਂ ਗਲਾਸ ਚੱਕਣ ਦੀ ਨੇ ਘੋਲ ਕਰੀ ਹੈ, ਮਗਲੈਲ ਵਾਲੇ ਡੱਬੇ 'ਚ
ਸ਼ਰਾਬ ਪੀਤੀ ਇਹਨੇ। ਨਹੀਂ ਵੈਸ਼ਨੂੰ ਮੈਂ ਤਾਂ ਸ਼ਰਾਬ ਤਾਂ ਕਦੇ ਪੀਤੀ ਨਹੀਂ ਪਹਿਲਾਂ ਵੀ। ਇਹ ਸਾਡੇ ਲਈ ਬਹੁਤ ਕੇਸ ਆਉਂਦੇ ਨੇ ਜਿਹੜੇ ਪਰਦੇ ਨਾਲ ਲਾਉਂਦੇ ਨੇ। ਇਹ ਤੁਹਾਨੂੰ ਭੁਲੇਖਾ ਜੀ ਵੀ ਇਹ ਪੀਂਦੇ ਨਹੀਂ, ਪੀਂਦੇ ਨੇ ਜੀ ਇਹ। ਇਹਨੂੰ ਸੁਸਤੀ ਵੀ ਚੜੀ ਰਹਿੰਦੀ ਹੈ, ਬਿਮਾਰੀ ਕੀ ਹੋ ਗਈ ਇਹ? ਇਸ ਕਰਕੇ ਜੀ ਇਹ ਲੱਲ ਪੱਲ ਹੋ ਗਿਆ। ਇਹਨੂੰ ਕਮਰਾ ਨੰਬਰ 12 ਚ ਦਾਖਲ ਕਰੋ ਜੀ, ਦਾਖਲ ਕਰਨਾ ਪਊਗਾ, ਬੋਤਲ ਲਾ ਦਾਂਗੇ। ਮੈਂ ਤਾਂ ਟੀਵੀ ਹੁਣ ਮੁੜ ਆਵਾਂਗੀ। ਤਾਂ ਹੀ ਤੂੰ ਨੰਦਾ ਵਾਲੀ ਪੱਗ ਬੰਦ ਕਹਿ ਦੀ। ਲੋਕਾਂ ਨੂੰ ਗੋਲੀਆਂ ਨਾਲ ਮਾਰਨ ਲੱਗ ਰਹੇ ਨੇ, ਬਹੁਤਾ ਰੌਲਾ ਨਾ ਪਾਓ, ਕੀ ਪਤਾ ਕੋਈ ਇਹਨਾਂ ਨੂੰ ਨਾ ਕੇ ਮਾਰ ਦੇ। ਹਾਂ ਹਾਂ ਬਾਈ, ਗੱਲ ਤਾਂ ਤੇਰੀ ਠੀਕ ਹੈ। ਹਾਂਜੀ ਕੀ ਤਕਲੀਫ ਹੈ ਜੀ? ਡਾਕਟਰ ਸਾਹਿਬ ਟੱਟੀਆਂ ਲੱਗ ਰਹੀਆਂ ਨੇ ਜੀ। ਦਿਨ 'ਚ ਕਿੰਨੀ ਵਾਰ ਜਾਂਦੇ ਹੋ ਜੀ? ਡਾਕਟਰ ਸਾਹਿਬ ਆ ਜਿਵੇਂ ਪਾਣੀ ਕਹਿੰਦੇ ਹੁੰਦੇ ਨੇ ਚੋਰ ਹੈ, ਪਤਾ ਨਹੀਂ ਕਿਹੜੇ ਵੇਲੇ ਖੱਡ ਪਏ ਜੀ, ਇਹ ਕੰਮ ਹੋ ਰਿਹਾ ਜੀ ਮੇਰਾ ਤਾਂ। ਮੇਰਾ ਕਹਿਣ ਦਾ ਭਾਵ ਜੀ ਟੱਟੀ ਕਿੰਨੀ ਪਤਲੀ ਆਉਂਦੀ ਜੀ, ਭਾਵੇਂ ਡਾਕਟਰ ਸਾਹਿਬ ਕੁਰਲੀ ਕਰ ਲਓ ਕਿੰਨੀ ਪਤਲੀ ਆਉਂਦੀ। ਅੱਛਾ ਜੀ, ਹਾਂਜੀ ਆ ਮੈਂ ਦਵਾਈ ਲਿਖਦਾ ਨਾ ਜੀ। ਹਾਂਜੀ ਆ ਦਵਾਈ ਬਾਜ਼ਾਰ ਤੋਂ ਲੈ ਲਿਓ। ਠੀਕ ਹੈ ਜੀ। ਆ ਸੀਸੀ ਤਿੰਨ ਟਾਈਮ ਪੀਣੀ ਹੈ ਜੀ। ਅੱਛਾ ਜੀ, ਕੀ ਪਰਹੇਜ਼ ਪਰੂਜ਼ ਆ ਜੀ? ਪਰਹੇਜ਼ ਆ ਜੀ, ਇੱਕ ਤਾਂ ਛਿੱਕਣੀ ਮਾਰਨੀ ਜੀ। ਅੱਛਾ ਜੀ, ਜਦੋਂ ਵੀ ਪੈਣਾ ਜੀ। ਠੀਕ ਹੈ ਜੀ। ਲੱਤਾਂ ਤਾਂ ਕਰਕੇ ਪੈਣਾ ਜੀ। ਠੀਕ ਹੈ, ਲੰਮੇ ਨਹੀਂ ਲੇਟਣਾ ਜੀ। ਠੀਕ ਹੈ ਜੀ, ਠੀਕ ਹੈ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਆ ਮੇਰੀ ਛਾਤੀ ਜਾਮ ਹੋ ਰਹੀ ਹੈ ਜੀ। ਛਾਤੀ ਜਾਮ ਹੋ ਰਹੀ ਹੈ ਜੀ? ਹਾਂ ਜੀ। ਫੈਕਟਰੀਆਂ ਨੇ ਉਹ ਤਾਂ ਨੀ ਬੰਦ ਹੋਈਆਂ, ਉਹ ਤਾਂ ਚਾਲੂ ਨੇ, ਉਹਦੇ ਕੋਲ ਦੀ ਟੱਪ ਗਏ ਹੋਣੇ ਜੀ ਤੁਸੀਂ। ਹਾਂ ਇਹ ਹੋ ਸਕਦਾ। ਫਿਰ ਹੁਣ ਇਹਦਾ ਇਲਾਜ? ਇਹਦਾ ਇਲਾਜ ਕੀ ਆ, ਲੰਡੂ ਜਾਂ ਪੈਗ ਮਾਰੋ ਜੀ, ਇਹਦਾ ਨੋਰਮਲ ਪ੍ਰੋਬਲਮ ਹੈ। ਦਵਾਈ ਦਵੂਈ? ਫਿਰ ਦਵਾਈ ਦਵੂਈ ਇਹੀ ਦਵਾਈ ਹੈ ਤੇਰੀ। ਅੱਛਾ ਚਲੋ ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ। ਆਓ ਜੀ ਡਾਕਟਰ ਸਾਹਿਬ, ਜਿਹੜੇ ਆਪਣੇ ਉਹ ਮਰੀਜ਼ ਨੇ ਜੀ, ਹਾਂਜੀ, ਉਹਨਾਂ ਦੇ ਥੋੜ੍ਹਾ ਜਿਹਾ ਪਾਣੀ ਨਾ ਪਾ ਦਈਏ ਜੀ, ਨਰਮ ਹੋ ਜਾਣਗੇ। ਚਲੋ ਟਰਾਈ ਕਰਕੇ ਦੇਖ ਲਓ ਜੀ। ਡਾਕਟਰ ਸਾਹਿਬ, ਹਾਂਜੀ, ਇੱਕ ਬਿਮਾਰੀ ਮੈਨੂੰ ਵੀ ਹੈ ਜੀ। ਦੱਸੋ ਜੀ। ਮੈਨੂੰ ਸੁੱਤੇ ਪਏ ਤੋਂ ਬਾਅਦ ਨੀਂਦ ਨਹੀਂ ਆਉਂਦੀ ਜੀ, ਰੋਟੀ ਖਾਣ ਤੋਂ ਬਾਅਦ ਭੁੱਖ ਨਹੀਂ ਲੱਗਦੀ ਜੀ। ਤੁਸੀਂ ਐਂ ਕਰੋ ਜੀ, ਰਾਤ ਨੂੰ 2-4 ਘੰਟੇ ਧੁੱਪ ਸੇਕਿਆ ਕਰੋ। ਠੀਕ ਹੈ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਸਾਡੇ ਚੈਨਲ VCR ਵਾਲੇ ਜੱਟ ਨੂੰ ਸ਼ੇਅਰ, ਲਾਈਕ ਤੇ ਕਮੈਂਟ ਕਰ ਦਿਓ, ਨਾਲੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ VCR ਵਾਲੇ ਜੱਟ YouTube ਦੇ ਉੱਪਰ। ਬਾਕੀ ਬਾਈਆਂ ਦੇ ਪਿੰਡ ਆਏ ਤੇ ਗੁਰਨੇ, ਬਾਈਆਂ ਨੇ ਬਹੁਤ ਮਾਣ ਤਾਣ ਕਰਿਆ, ਬਹੁਤ ਹੈਲਪ ਕਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਸਾਰਿਆਂ।